ਬੀਤੇ ਦਿਨੀ ਲੁਧਿਆਣਾ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਫੇਸਬੁੱਕ ਤੇ ਲਾਈਵ ਹੋ ਕੇ ਉਹਨਾਂ ਤੋਂ ਨਸ਼ਾ ਖਰੀਦਣ ਦਾ ਖੁਲਾਸਾ ਕੀਤਾ ਗਿਆ ਸੀ, ਜਿਸ ਤੋਂ ਬਾਅਦ ਬੈਂਸ ਨੇ ਪੁਲਿਸ ਕਮਿਸ਼ਨਰ ਨੂੰ ਲਿਖਤੀ ਸ਼ਿਕਾਇਤ ਦੇ ਕੇ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਸੀ। ਪਰ ਕੁਝ ਦਿਨ ਬੀਤ ਜਾਣ ਤੋਂ ਬਾਅਦ ਲੁਧਿਆਣਾ ਪੁਲਿਸ ਹਰਕਤ ਚ ਆਈ ਅਤੇ ਨਸ਼ਾ ਤਸਕਰਾਂ ਦੇ ਖਿਲਾਫ ਦਬਿਸ਼ ਦਿੱਤੀ, ਜਿਸ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਵੱਲੋਂ ਤੰਜ ਕਸਦਿਆਂ ਕਿਹਾ ਗਿਆ ਕਿ ਇੱਕ ਤਰਫ ਮੌਜੂਦਾ ਸਰਕਾਰ ਨਸ਼ੇ ਦਾ ਖਾਤਮਾ ਕਰਨ ਦੀ ਗੱਲ ਕਹਿੰਦੀ ਹੈ ਅਤੇ ਦੂਜੇ ਪਾਸੇ ਪ੍ਰਸ਼ਾਸਨ ਦੀ ਅੱਖਾਂ ਦੇ ਸਾਹਮਣੇ ਹੀ ਨਸ਼ਾ ਵੇਚਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਲੋਕਾਂ ਦਾ ਵੱਧਦਾ ਗੁੱਸਾ ਵੇਖ ਪੁਲਿਸ ਵੱਲੋਂ ਕੁਝ ਦਿਨ ਬਾਅਦ ਦਬਿਸ਼ ਦਿੱਤੀ ਗਈ। ਇਹੀ ਨਹੀਂ, ਉਹਨਾਂ ਨੇ ਪੰਜਾਬ ਵਿੱਚ ਕੈਪਟਨ ਸਰਕਾਰ ਨੂੰ ਫੇਲਿਅਰ ਕਰਾ ਦਿੱਤਾ। ਚਿੱਟਾ ਗਲੀ ਗਲੀ ਆ, ਚੋਰ ਕੁੱਤੀ ਰਲੀ ਆ। ਅਸਲ ਦੇ ਵਿੱਚ ਪੁਲਿਸ ਅਤੇ ਚਿੱਟਾ ਵੇਚਣ ਵਾਲੇ ਲੋਕ ਅਤੇ ਪੋਲੀਟੀਸ਼ੀਅਨ ਆਪਸ 'ਚ ਰਲੇ ਹੋਏ ਆ। ਇੱਕ MLA ਜਿਵੇਂ ਸਬਜ਼ੀ ਮੰਡੀ ਦੇ ਵਿੱਚੋਂ ਆਲੂ ਖਰੀਦ ਕੇ ਲਿਆਈਦੇ, ਇਸ ਤਰੀਕੇ ਚਿੱਟਾ ਖਰੀਦ ਕੇ ਲਿਆ, ਸ਼ਰਮ ਆਉਣੀ ਚਾਹੀਦੀ ਆ ਪੁਲਿਸ ਨੂੰ। 2 ਘੰਟੇ ਬਾਅਦ ਲਾਈਵ ਕਰਦੇ ਕਰਦੇ ਕਮਿਸ਼ਨਰ ਦੇ ਦਫ਼ਤਰ ਪਹੁੰਚੇ ਅਤੇ ਕੋਈ ਪੁਲਿਸ ਨਾ ਉੱਥੇ ਜਾਵੇ, ਕੋਈ SHO ਨਾ ਜਾਵੇ, ਕੋਈ DSP ਨਾ ਜਾਵੇ, ਕੋਈ SP ਨਾ ਜਾਵੇ। ਇੱਥੋਂ ਸਾਫ਼ ਅਤੇ ਸਪਸ਼ਟ ਹੁੰਦਾ ਕਿ ਪੁਲਿਸ ਦੀ ਰਲੀ ਭੁਗਤ ਦੇ ਨਾਲ ਇਹ ਸਾਰਾ ਗੁਰਖ ਧੰਦਾ ਚੱਲ ਰਿਹਾ, ਜਿਹੜਾ ਚਿੱਟੇ ਦਾ ਪੰਜਾਬ ਦੇ ਅੰਦਰ ਨੌਜਵਾਨਾਂ ਨੂੰ ਦੈਂਤ ਬਣ ਕੇ ਖਾ ਰਿਹਾ। ਅੱਜ 4 ਦਿਨ ਬਾਅਦ ਪੰਜਾਬ ਪੁਲਿਸ ਦੀ ਜਾਗ ਖੁੱਲ੍ਹੀ ਹੈ, ਉਹ ਵੀ ਤਾਂ ਜਦੋਂ ਸੋਸ਼ਲ ਮੀਡੀਆ ਦੇ ਉੱਤੇ ਕਿਰਕਰੀ ਹੋਣੀ ਸ਼ੁਰੂ ਹੋ ਗਈ, ਕਿਉਂਕਿ ਵੋਟਾਂ ਦੇ ਦਿਨ ਸਰਕਾਰ ਦੇ ਪਹੁੰਚਿਆਂ ਨੂੰ ਸੇਕ ਲੱਗਿਆ, ਸਰਕਾਰ ਦੇ ਪੈਰਾਂ ਨੂੰ ਸੇਕ ਲੱਗਣ ਤੋਂ ਬਾਅਦ ਅੱਜ ਪੰਜਾਬ ਪੁਲਿਸ ਦੀ 4 ਦਿਨਾਂ ਬਾਅਦ ਜਾਗ ਖੁੱਲ੍ਹੀ ਹੈ। ਦੋਸਤੋ, ਜੇ ਪੰਜਾਬ ਪੁਲਿਸ ਜਾਗਰੂਕ ਹੋਵੇ, ਆਮ ਲੋਕਾਂ ਨੂੰ ਪਤਾ ਲੱਗ ਜਾਂਦਾ ਵੀ ਫਲਾਨੇ ਮਹੱਲੇ ਦੇ ਵਿੱਚ ਚਿੱਟਾ ਵਿਕ ਰਿਹਾ, ਫਲਾਨੇ ਪਿੰਡ 'ਚ ਚਿੱਟਾ ਵਿਕ ਰਿਹਾ, ਅਤੇ ਥਾਣੇ ਦੇ SHO ਨੂੰ ਕਿਉਂ ਨਹੀਂ ਪਤਾ? ਸਭ ਪਤਾ ਹੁੰਦਾ। ਚੌਂਕੀ ਦੇ ਇੰਚਾਰਜ ਕਿਉਂ ਨੂੰ ਪਤਾ? ਚੌਂਕੀ ਦੇ ਇੰਚਾਰਜ ਨੂੰ ਵੀ ਸਾਰੀ ਗੱਲ ਦਾ ਪਤਾ ਹੁੰਦਾ, ਪਰ ਜਦੋਂ ਵਾੜ ਖੇਤ ਨੂੰ ਖਾਂਦੀ ਹੋਵੇ, ਜਦੋਂ ਹਫ਼ਤਾ ਵਸੂਲੀ ਹੁੰਦੀ ਹੋਵੇ, ਜਦੋਂ ਚਿੱਟੇ ਦੀ ਕਮਾਈ ਦੇ ਵਿੱਚੋਂ ਪੁਲਿਸ ਨੂੰ ਵੱਡੇ ਗੱਫੇ ਮਿਲਦੇ ਹੋਣ, ਤਾਂ ਫਿਰ ਇਹ ਪੁਲਿਸੀਏ ਕਿਉਂ ਤੁਰਨਗੇ? ਸੋ ਅੱਜ 4 ਦਿਨਾਂ ਬਾਅਦ ਪੁਲਿਸ ਉੱਥੇ ਪਹੁੰਚੀ, ਸ਼ਰਮ ਆਉਣੀ ਚਾਹੀਦੀ ਹੈ ਸਰਕਾਰ ਨੂੰ, ਸ਼ਰਮ ਆਉਣੀ ਚਾਹੀਦੀ ਹੈ ਉਸ ਸਰਕਾਰ ਦੇ ਮੁੱਖ ਮੰਤਰੀ ਜਿਹੜਾ ਕਮਰ ਤੋੜਤੀ, ਚਿੱਟੇ ਦਾ ਅਸੀਂ ਲੱਕ ਤੋੜਤਾ, ਪਾਈਪਲਾਈਨ ਭੰਨਤੀ, ਰੋਜ਼ ਅਖਬਾਰਾਂ ਦੇ ਵਿੱਚ 4-4, 5-5 ਨੌਜਵਾਨਾਂ ਦੀਆਂ ਫੋਟੋਆਂ, ਚਿੱਟੇ ਦੇ ਦੈਂਤ ਨਾਲ ਮੌਤਾਂ। ਸੋ ਇਹ 4 ਦਿਨ ਬਾਅਦ ਕਾਰਵਾਈ ਦਾ ਹੋਣਾ ਪੁਲਿਸ ਦੀ ਜਿੱਥੇ ਨਲੈਕੀ ਹੈ, ਉੱਥੇ ਸਰਕਾਰ ਦਾ ਚਿੱਟੇ ਦੇ ਉੱਤੇ ਜਿਹੜਾ ਰੌਲਾ ਪਾਇਆ ਜਾ ਰਿਹਾ, ਉਹ ਟੋਟਲ ਫਰੇਮ 'ਤੇ ਚੁੱਕ। ਬਿਊਰੋ ਰਿਪੋਰਟ, ਲੁਧਿਆਣਾ ਵਿਊ।